ਹਸਪਤਾਲ ਦੇ ਬੈੱਡ ਤੇ ਪਿਆ ਇਹ ਵਿਅਕਤੀ ਬੜੇ ਹੀ ਘਿਨੌਣੇ ਜੁਰਮ ਦਾ ਸ਼ਿਕਾਰ ਹੋਇਆ ਹੈ, ਜਿਸ ਕਰਕੇ ਇਸ ਦੇ ਚਿਹਰੇ ਨੂੰ ਬਲਰ ਕੀਤਾ ਗਿਆ ਹੈ। ਇਸ ਵਿਅਕਤੀ ਨੂੰ ਕਬੂਤਰ ਫੜਨਾ ਇੰਨਾ ਮਹਿੰਗਾ ਪੈ ਗਿਆ ਕਿ ਇਸ ਦੀ ਇੱਜ਼ਤ ਤਾਰ ਤਾਰ ਕਰ ਦਿੱਤੀ ਗਈ ਅਤੇ ਇਸ ਦੀ ਗਲਤ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵੀ ਵਾਇਰਲ ਕਰ ਦਿੱਤੀ ਗਈ। ਸੋ ਸਭ ਤੋਂ ਪਹਿਲਾਂ ਹੁਣ ਤੁਹਾਨੂੰ ਵਾਇਰਲ ਵੀਡੀਓ ਵਿਖਾਉਣੀ ਆ, ਜਿਸ ਵਿੱਚ ਇਸ ਵਿਅਕਤੀ ਨਾਲ ਇੱਕ ਘਿਨੌਣਾ ਜ਼ੁਰਮ ਕੀਤਾ ਜਾ ਰਿਹਾ। ਜ਼ੁਰਮ ਦੀ ਇਸ ਵਾਰਦਾਤ ਤੇ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ। ਇਹ ਮਾਮਲਾ ਸੰਗਰੂਰ ਦੇ ਅਮਰਗੜ੍ਹ ਤੋਂ ਸਾਹਮਣੇ ਆਇਆ ਹੈ, ਜਿੱਥੇ ਇਸ ਵਿਅਕਤੀ ਨੂੰ ਉਸਦੇ ਕਬੂਤਰ ਫੜਨ ਦੀ ਗਲਤੀ ਇੰਨੀ ਜ਼ਿਆਦਾ ਮਹਿੰਗੀ ਪੈ ਗਈ ਕਿ ਸ਼ਾਇਦ ਇਸਨੇ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਹੋਣਾ। ਪੀੜਤ ਵਿਅਕਤੀ ਦਾ ਨਾਮ ਸਨੀ ਉਰਫ ਬੱਬੂ ਹੈ। ਉਸ ਰਾਤ ਦਾ ਜ਼ਿਕਰ ਕਰਦਿਆਂ ਇਸਨੇ ਕਈ ਵਿਅਕਤੀਆਂ ਦੇ ਨਾਮ ਵੀ ਲਏ ਨੇ, ਜਿਨ੍ਹਾਂ ਨੇ ਪਹਿਲਾਂ ਇਸ ਨੂੰ ਘੜੀਸਿਆ ਅਤੇ ਫਿਰ ਕਮਰੇ ਵਿੱਚ ਲਿਜਾ ਕੇ ਕੁੱਟਮਾਰ ਕੀਤੀ ਅਤੇ ਘਿਨੌਣਾ ਕਾਂਡ ਕੀਤਾ ਅਤੇ ਇਸ ਦੀ ਇੱਜ਼ਤ ਨਾਲ ਖਿਲਵਾੜ ਕਰਦਿਆਂ ਉਹ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਕਰ ਦਿੱਤੀ ਗਈ। ਆਓ ਸੁਣਾਉਂਦੇ ਹਾਂ ਜ਼ੁਰਮ ਦੀ ਇਹ ਦਾਸਤਾਂ ਪੀੜਤ ਦੀ ਜ਼ੁਬਾਨੀ। ਮੈਂ ਬਣ ਗਿਆ ਉੱਥੋਂ ਜਰਨੈਲ ਦੇ ਮੁੰਡੇ ਆਏ ਜੀ, ਦੋਨੇ ਉਹਨਾਂ ਨੇ ਮੈਨੂੰ ਫੜ ਕੇ ਥੱਲੇ ਲਾਇਆ, ਕੁੱਟਿਆ ਜੀ ਮੈਨੂੰ ਉਹਨਾਂ ਨੇ ਅਤੇ ਉਹ ਜਰਨੈਲ ਵੀ ਆ ਗਿਆ ਉੱਥੇ ਅਤੇ ਨਾਲ ਚਰਨਜੀਤ ਕੌਰ ਅਤੇ ਉਹਦਾ ਜਮਾਈ ਅਤੇ ਉਹਦਾ ਮੁੰਡਾ ਉਹ ਵੀ ਨਿਕਲੇ ਅੰਦਰ, ਉਹਨਾਂ ਨੇ ਮੈਨੂੰ ਬੀਹ 'ਚ ਕੁੱਟਿਆ ਜੀ ਪਹਿਲਾਂ ਅਤੇ ਚਰਨਜੀਤ ਕੌਰ ਨੇ ਚੁੱਪਲਾਂ ਮਾਰੀਆਂ ਮੈਨੂੰ, ਉਹ ਇੱਕ ਪਾਸੇ ਹੋ ਗਈ ਅਤੇ ਉਹਨੇ ਕਿਹਾ ਕਿ ਮੈਨੂੰ ਨੰਗਾ ਕਰਕੇ ਪਾਣੀ ਪਾ ਕੇ ਕੁੱਟੋ ਜੀ, ਅਤੇ ਮੈਨੂੰ ਉਹਨਾਂ ਨੇ ਅੰਦਰ ਫਿਰ ਨੰਗਾ ਕਰਕੇ ਬਹੁਤ ਕੁੱਟਿਆ ਜੀ, ਅਤੇ ਮੈਂ ਉਹਨਾਂ ਤੋਂ ਬਚ ਕੇ ਫਿਰ ਕਿਵੇਂ ਦੇ ਕਿਵੇਂ ਸੁੱਟ ਕੇ ਜੀ ਪੌੜੀ ਚੜ੍ਹ ਗਿਆ, ਪੌੜੀ ਚੜ੍ਹ ਕੇ ਅਤੇ ਮੈਂ ਕੋਠੇ ਚਲਿਆ ਗਿਆ, ਕੋਠੇ ਦੇ ਲੋਕ ਖੜ੍ਹੇ ਸੀ ਅਤੇ ਸਰਪੰਚ ਦਾ ਘਰ ਨਾਲ ਆ ਅਤੇ ਉਦੋਂ ਗਾਂ ਮੇਰੇ ਤਾਏ ਦਾ ਘਰ ਆ, ਮੈਂ ਤਾਏ ਦੇ ਕੋਠੇ 'ਤੇ ਭੱਜ ਕੇ ਚਲਿਆ ਗਿਆ ਜੀ, ਅਤੇ ਉੱਥੇ ਵੀ ਇਹ ਤਿੰਨ ਜਣੇ ਮਾਰਨ ਆਏ ਨੇ ਮੈਨੂੰ, ਇੱਕ ਇਹਨਾਂ ਦਾ ਜਮਾਈ ਅਤੇ ਦੋਨੇ ਜਰਨੈਲ ਦੇ ਮੁੰਡੇ, ਅਤੇ ਉਹਦਾ ਫਿਰ ਸਰਪੰਚ ਦੇ ਯਾਰ ਮੇਰੇ ਤਾਏ ਦਾ ਮੁੰਡਾ ਜੀ, ਉਹਨਾਂ ਨੇ ਕਿਹਾ ਵੀ ਤੁਸੀਂ ਬਹੁਤ ਕੁੱਟਿਆ ਹੋਇਆ ਹੈ, ਵੀ ਤੁਸੀਂ ਗਲਤ ਦੱਸੋ, ਇਹਨਾਂ ਨੇ ਕੋਈ ਨਹੀਂ ਸੁਣੀ ਅਤੇ ਉਲਟਾ ਉਹਨਾਂ ਨੂੰ ਵੀ ਗਾਣਾ ਕੱਢਣ ਲੱਗ ਗਏ ਨੇ, ਅਤੇ ਫਿਰ ਉਹਨਾਂ ਨੇ ਮੇਰੇ ਤਾਏ ਦੇ ਮੁੰਡੇ ਨੇ ਮੇਰੀ ਭਰਜਾਈ ਤੋਂ ਥੱਲੇ ਚੁੰਨੀ ਫੜੀ, ਉਹਨੇ ਮੈਨੂੰ ਪਰਦ ਢੱਕਿਆ ਮੇਰਾ, ਮੈਨੂੰ ਉੱਥੇ ਬਿਠਾ ਤਾ ਵੀ ਦੂਰੇ ਬਹਿ ਜਾ ਵੀ ਥੱਲੇ ਉੱਤਰ ਜਾ, ਅਤੇ ਆਹ ਗੱਲ ਹੋਈ ਜੀ। ਉਦੋਂ ਮਗਰ ਕੋਈ ਗੱਲ ਨਹੀਂ ਹੋਈ ਅਤੇ ਉਦੋਂ ਮਗਰ ਉਹ ਗਾਣਾ ਕੱਢੀ ਗਏ ਨੇ ਫੁੱਲ, ਅਤੇ ਉਹਨਾਂ ਨੇ ਮੈਨੂੰ ਘਰ ਨੂੰ ਭੇਜ ਦਿੱਤਾ। ਇਹ ਵੀਡੀਓ ਜਰਨੈਲ ਨੇ ਬਣਾਈ ਜੀ ਰਾਤ ਨੂੰ, ਉਹੀ ਟਾਈਮ ਜਦੋਂ ਮੈਨੂੰ ਕੁੱਟਦੇ ਦੀ ਅੰਦਰ ਪਾਣੀ ਪਾ ਪਾ ਕੇ ਨੰਗਾ ਕਰਕੇ ਜੀ, ਮੇਰੇ ਕੱਪੜੇ ਵੀ ਉਹਨਾਂ ਦੇ ਘਰੇ ਪਏ ਨੇ, ਮੇਰੇ ਪੈਂਟ ਦੇ ਲੋਅਰ ਦੇ ਵਿੱਚ ਪੈਸੇ ਵੀ ਸੀ 1500 ਰੁਪਈਆ ਅਤੇ ਇੱਕ ਮੋਬਾਈਲ ਸੀ, ਉਹ ਵੀ ਉੱਥੇ ਹੀ ਆ ਉਹਨਾਂ ਦੇ ਘਰੇ, ਅਤੇ ਕੱਪੜੇ ਵੀ ਉੱਥੇ ਪਏ ਨੇ ਜੀ, ਮੈਨੂੰ ਉਹਨਾਂ ਨੇ ਬਹੁਤ ਬੁਰੀ ਹਾਲਤ ਨਾਲ ਕੁੱਟਿਆ ਨੰਗਾ। ਹਾਂ ਵੈਰਸ ਕਰੀ ਜੀ ਉਹਨੇ ਨੈੱਟ 'ਤੇ, ਅਤੇ ਇਹਦਾ ਮੈਨੂੰ ਜਦੋਂ ਤੜਕ ਮੈਨੂੰ ਮੇਰੇ ਭਾਈ ਨੇ ਦਿਖਾਈ ਆ ਕੇ ਵੀ ਕਹਿੰਦਾ ਵੀ ਉਹ ਵੀਡੀਓ ਤੇਰੀ ਨੈੱਟ 'ਤੇ ਚਾੜ੍ਹੀ ਹੋਈ ਆ, ਮੈਂ ਇਹਨਾਂ ਨੂੰ ਜਰੀ ਦੱਸਿਆ ਵੀ ਰਾਤ ਉਹਨਾਂ ਨੇ ਮੈਨੂੰ ਕੁੱਟ ਕੇ ਵੀਡੀਓ ਬਣਾਈ ਆ, ਅਤੇ ਫਿਰ ਮੇਰੇ ਤਾਏ ਦੇ ਮੁੰਡੇ ਨੇ ਸਰਪੰਚ ਕੋਲ ਅਸੀਂ ਗੱਲ ਕਰੀ ਅਤੇ ਉਹਨਾਂ ਨੇ ਇਹ ਗੱਲ ਦੱਸੀ ਵੀ ਤੁਸੀਂ ਵੀ ਮੇਰੀ ਮਾਂ ਮੈਨੂੰ ਉਰੇ ਲੈ ਕੇ ਗਈ, ਉਹਨੇ ਉਰੇ ਭਰਤੀ ਕਰਾਇਆ ਮੈਨੂੰ, ਇਹ ਇਨਸਾਫ ਹੋਣਾ ਚਾਹੀਦਾ, ਮੈਨੂੰ ਇਨਸਾਫ ਮਿਲਣਾ ਚਾਹੀਦਾ ਗਾ, ਇਹਦੇ ਕਾਰਵਾਈ ਕੀਤੀ ਜਾਵੇ ਇਹਨਾਂ 'ਤੇ, ਮੈਨੂੰ ਤਾਂ ਨੰਗਾ ਕਰਿਆ ਇਹਨਾਂ ਨੇ, ਮੈਨੂੰ ਬੇਪਾੜ ਤਾਂ ਕਰਤਾ ਹੀ ਜਮੀ ਇਹਨਾਂ ਨੇ, ਮੇਰੀ ਤਾਂ ਇੱਜ਼ਤ ਹੀ ਨਹੀਂ ਰਹੀ ਕੋਈ ਹੁਣ। ਦੂਜੇ ਪਾਸੇ ਡਾਕਟਰ ਭੀਮ ਰਾਓ ਅੰਬੇਦਕਰ ਦੇ ਪ੍ਰਧਾਨ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਇਸ ਮਾਮਲੇ 'ਤੇ ਗੰਭੀਰਤਾ ਦਿਖਾਉਣ ਲਈ ਗੱਲ ਆਖੀ ਗਈ ਹੈ। ਇਹ ਘਟਨਾ ਹੋਈ ਜੀ, ਇਹਨਾਂ ਦਾ ਕੋਈ ਕਬੂਤਰ ਫੜਨ ਦਾ ਰੌਲਾ ਸੀ, ਇਹ ਕਬੂਤਰ ਫੜਨ ਚਲਾ ਗਿਆ, ਉਸ ਤੋਂ ਬਾਅਦ ਉੱਥੋਂ ਲੋਕਾਂ ਨੇ ਜਾਂ ਨੌਜਵਾਨ ਮੁੰਡਿਆਂ ਨੇ ਇਹਨੂੰ ਖਿੱਚ ਲਿਆ, ਨਿੱਜੀ ਰੰਜਸ ਦਾ ਕਾਰਨ ਦੱਸਿਆ ਗਿਆ ਇਹਨਾਂ ਵੱਲੋਂ, ਅਤੇ ਇਹਨੂੰ ਘੜੀਸ ਕੇ ਬੀਹ ਦੇ ਵਿੱਚ ਕਿਸੇ ਘਰੇ ਲਿਆਇਆ ਗਿਆ, ਘਰੇ ਲਿਆ ਕੇ ਇਹਨੂੰ ਪਾਣੀ ਸਿੜਕ ਸਿੜਕ ਕੁੱਟਿਆ ਗਿਆ, ਇਹ ਅਲਫ ਨੰਗਾ ਕਰ ਦਿੱਤਾ ਗਿਆ, ਇਹਨੇ ਆਪਣੀ ਕੋਠੇ 'ਤੇ ਚੜ੍ਹ ਕੇ ਆਪਣੀ ਜਾਨ ਬਚਾਈ ਹੈ। ਹਾਂਜੀ, ਇਹਨਾਂ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਹੈਗੀ, ਅਤੇ ਉਹ ਵੀਡੀਓ ਦੇਖ ਕੇ ਹੀ ਸਾਡੀ ਇਹ ਜਥੇਬੰਦੀ ਇਹਨਾਂ ਦੇ, ਇਹ ਅੱਜ ਤੋਂ ਜੀ ਕੁਛ ਸਾਲ ਪਹਿਲਾਂ ਬਾਹਰ ਯੂਪੀ ਬਿਹਾਰ ਦੇ ਵਿੱਚ ਇੱਦਾਂ ਦੀਆਂ ਗੱਲਾਂ ਹੁੰਦੀਆਂ ਸੀਗੀਆਂ, ਅਤੇ ਅੱਜ ਜਿਹੜਾ ਫੁੱਲਣ ਦੇ ਵੀ ਨਾਲ ਉਹਨੂੰ ਨੰਗਾ ਕਰਕੇ ਪਿੰਡ ਦੇ ਵਿੱਚ ਘੁਮਾਇਆ ਗਿਆ ਸੀਗਾ, ਉਹ ਸੀਨ ਦੁਬਾਰਾ ਅੱਖਾਂ ਦੇ ਸਾਹਮਣੇ ਤਾਜ਼ਾ ਹੋ ਚੁੱਕਿਆ ਗਾ ਕਿ ਇੱਕ ਨੌਜਵਾਨ ਨੂੰ ਨੰਗਾ ਕਰਕੇ ਕੁੱਟਿਆ ਗਿਆ। ਇਹ ਅਤਿ ਨਿੰਦਣਯੋਗ ਹੈ ਗੱਲ, ਅਣਮਨੁੱਖੀ ਤਸ਼ੱਦਦ ਕੀਤਾ ਗਿਆ, ਅਗਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ, ਅੱਜ ਤੱਕ ਦਾ ਮੈਂ ਪ੍ਰਸ਼ਾਸਨ ਨੂੰ ਟਾਈਮ ਦਿੱਤਾ ਗਾ ਵੀ ਅੱਜ ਸ਼ਾਮ ਤੱਕ ਅਗਰ ਤੁਹਾਡੇ ਵੱਲੋਂ ਕੋਈ ਪਰਚਾ ਨਹੀਂ ਹੋਇਆ ਤਾਂ ਮੇਰੇ ਵੱਲੋਂ ਸਾਡੀ ਜਥੇਬੰਦੀ ਵੱਲੋਂ ਸਮਾਜਿਕ ਜਥੇਬੰਦੀਆਂ ਨਾਲ ਮਿਲ ਕੇ SHO ਅਮਰਗੜ੍ਹ ਦਾ ਘਿਰਾਓ ਕੀਤਾ ਜਾਊਗਾ ਜੀ ਥਾਣੇ ਦਾ। ਸਨੀ ਪੇਸ਼ੈਂਟ ਸਰਵਰਪੁਰ ਪਿੰਡ ਦਾ ਇੱਕ ਐਡਮਿਟ ਹੋਇਆ ਕੱਲ੍ਹ, ਅਤੇ ਉਹਦੀ ਕੰਪਲੇਂਟ ਇਹ ਸੀ ਕਿ ਉਹਨੂੰ ਕੁੱਟਿਆ ਗਿਆ ਕਾਫੀ,
ਅਤੇ ਉਹਦੇ ਮੁਤਾਬਿਕ ਉਹਦਾ ਜਿਹੜਾ ਪਰਚਾ ਉਹ ਕੱਟ ਕੇ ਪੁਲਿਸ ਇਨਫੋਰਮੇਸ਼ਨ ਭੇਜ ਦਿੱਤੀ ਗਈ ਹੈ ਅਤੇ ਪੇਸ਼ੈਂਟ ਦਾ ਉਸ ਮੁਤਾਬਿਕ ਇਲਾਜ ਚੱਲ ਰਿਹਾ। ਕਾਫੀ ਸੱਟਾਂ ਨੇ ਅਲੱਗ ਅਲੱਗ ਜਗ੍ਹਾ 'ਤੇ ਬੋਡੀ 'ਤੇ। ਹਸਪਤਾਲ ਦੇ ਬੈੱਡ 'ਤੇ ਪਿਆ ਇਹ ਵਿਅਕਤੀ ਬੜੇ ਹੀ ਘਿਨੌਣੇ ਜੁਰਮ ਦਾ ਸ਼ਿਕਾਰ ਹੋਇਆ ਹੈ, ਜਿਸ ਕਰਕੇ ਇਸਦੇ ਚਿਹਰੇ ਨੂੰ ਬਲਰ ਕੀਤਾ ਗਿਆ ਹੈ। ਇਸ ਵਿਅਕਤੀ ਨੂੰ ਕਬੂਤਰ ਫੜਨਾ ਇੰਨਾ ਮਹਿੰਗਾ ਪੈ ਗਿਆ ਕਿ ਇਸਦੀ ਇੱਜ਼ਤ ਤਾਰ ਤਾਰ ਕਰ ਦਿੱਤੀ ਗਈ ਅਤੇ ਇਸਦੀ ਗਲਤ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਕਰ ਦਿੱਤੀ ਗਈ। ਸੋ ਸਭ ਤੋਂ ਪਹਿਲਾਂ ਹੁਣ ਤੁਹਾਨੂੰ ਉਹ ਵਾਇਰਲ ਵੀਡੀਓ ਵਿਖਾਉਣੀ ਆ ਜਿਸ ਵਿੱਚ ਇਸ ਵਿਅਕਤੀ ਨਾਲ ਇੱਕ ਘਿਨੌਣਾ ਜ਼ੁਰਮ ਕੀਤਾ ਜਾ ਰਿਹਾ। ਜ਼ੁਰਮ ਦੀ ਇਸ ਵਾਰਦਾਤ 'ਤੇ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ। ਇਹ ਮਾਮਲਾ ਸੰਗਰੂਰ ਦੇ ਅਮਰਗੜ੍ਹ ਤੋਂ ਸਾਹਮਣੇ ਆਇਆ, ਜਿੱਥੇ ਇਸ ਵਿਅਕਤੀ ਨੂੰ ਉਸਦੇ ਕਬੂਤਰ ਫੜਨ ਦੀ ਗਲਤੀ ਇੰਨੀ ਜ਼ਿਆਦਾ ਮਹਿੰਗੀ ਪੈ ਗਈ ਕਿ ਸ਼ਾਇਦ ਇਸਨੇ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਹੋਣਾ। ਪੀੜਤ ਵਿਅਕਤੀ ਦਾ ਨਾਮ ਸਨੀ ਉਰਫ ਬੱਬੂ ਹੈ। ਉਸ ਰਾਤ ਦਾ ਜ਼ਿਕਰ ਕਰਦਿਆਂ ਇਸਨੇ ਕਈ ਵਿਅਕਤੀਆਂ ਦੇ ਨਾਮ ਵੀ ਲਏ ਨੇ ਜਿਨ੍ਹਾਂ ਨੇ ਪਹਿਲਾਂ ਇਸ ਨੂੰ ਘੜੀਸਿਆ ਅਤੇ ਫਿਰ ਕਮਰੇ ਵਿੱਚ ਲਿਜਾ ਕੇ ਕੁੱਟਮਾਰ ਕੀਤੀ ਅਤੇ ਘਿਨੌਣਾ ਕਾਂਡ ਕੀਤਾ ਅਤੇ ਇਸਦੀ ਇੱਜ਼ਤ ਨਾਲ ਖਿਲਵਾੜ ਕਰਦਿਆਂ ਉਹ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਕਰ ਦਿੱਤੀ ਗਈ।